ਇੰਸੀਡੈਂਟ ਰਿਪੋਰਟ ਹੋਇਆ ਸੀਗਾ 6 ਸਤੰਬਰ 2024 ਨੂੰ ਦੇ ਦਿੰਦੇ ਹੁੰਦੇ ਜੀ। 6 ਸਤੰਬਰ 2024 ਨੂੰ ਦੁਪਹਿਰ ਸ਼ਾਮ ਦੀ ਗੱਲ ਹੈ। ਸ਼ਾਮ ਨੂੰ ਇੱਕ ਕਰਨ ਨਾਮ ਦਾ ਮੁੰਡਾ ਸੀ, ਉਮਰ 23 ਸਾਲ। ਇਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ 'ਤੇ। ਉਸ 'ਤੇ 5 ਬੰਦਿਆਂ ਨੇ ਹਮਲਾ ਕਰਕੇ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ। ਸੋ ਇਹ ਕਾਫੀ ਵਹਿਸ਼ੀਆਣਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ, ਜਿਹਦੀ ਵੀਡੀਓ ਵੀ ਬਣੀ ਸੀ। ਸੋ ਕਾਫੀ ਇਹਦੇ ਨਾਲ ਲੋਕਾਂ 'ਚ ਸਹਿਮ ਵੀ ਹੋਇਆ ਸੀ, ਕ੍ਰੀਏਟ ਹੋਇਆ ਸੀ। ਸੋ ਇਹਦੇ 'ਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ, SPD ਸਾਹਿਬ ਦੀ, SP ਸਿਟੀ, ASP ਸਿਟੀ 1, DSP D, ਇੰਚਾਰਜ CIA ਅਤੇ SHO ਸਿਵਿਲ ਲਾਈਨ ਦੀ। ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ 2 ਬੰਦੇ ਇਹਦੇ 'ਚੋਂ ਅਰੈਸਟ ਕਰ ਲਏ ਗਏ ਸੀ, ਜਿਹੜੇ ਕਿ ਅਮਨਮੀਤ ਅਤੇ ਯੁਵਰਾਜ ਨੇ। ਟੋਟਲ 5 ਇਹਦੇ 'ਚ ਦੋਸ਼ੀ ਸੀ, 1 ਜੁਵੀਨਾਈਲ। ਸੋ ਜਿਹੜੇ ਬਾਕੀ 3 ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏ ਗਏ ਨੇ। ਇਹਦੇ 'ਚ 2 ਇਹਦੇ 'ਚ ਮੋਟਰਸਾਈਕਲ ਵਰਤੇ ਗਏ ਸੀ ਪੂਰੀ ਵਾਰਦਾਤ ਦੇ ਵਿੱਚ, ਉਹ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ ਨੇ। ਅਤੇ ਜਿਹੜਾ ਛੁਰਾ 1 ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ 5 ਦਾ, ਸਿੰਸ 1 ਇਜ਼ ਜੁਵੀਨਾਈਲ, ਸੋ ਉਹਦੇ ਬਾਰੇ ਨਾਮ ਵੀਲ ਨੋਟ ਡਿਸਕਲੋਜ਼, ਬਟ ਉਹਦੇ 'ਤੇ ਵੀ ਇੱਕ ਪਰਚਾ ਜਿਹੜਾ ਹੋਣ ਵਾਲਾ ਹੈ 302 ਦਾ, ਉਹ ਹੋਇਆ। ਅਦਰਵਾਈਜ਼ ਜਿਹੜੇ ਬਾਕੀ 4 ਬੰਦੇ ਨੇ, ਯੁਵਰਾਜ 'ਤੇ ਪਹਿਲਾ ਕ੍ਰਿਮੀਨਲ ਰਿਕਾਰਡ ਨਹੀਂ ਹੈ, ਪਹਿਲਾ ਪਰਚਾ। ਅਮਨਮੀਤ ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯੁਵਰਾਜ ਦੇ ਨਾਲ, ਉਹਦੇ 'ਤੇ ਪਹਿਲਾਂ 1 ਪਰਚਾ 307 ਦਾ ਲੁਟਕੋ ਦਾ। ਜਿਹੜਾ ਅੰਸ਼ ਹੈ ਉਹਦੇ 'ਤੇ 2 ਪਰਚੇ ਨੇ, ਪਹਿਲਾਂ 1 307 ਦਾ, ਦੋਨੋਂ 307 ਦੇ ਪਰਚੇ ਨੇ। ਅਤੇ ਜਿਹੜਾ ਚੌਥਾ ਬੰਦਾ ਸੀਗਾ ਤਰੁਣ ਕਿਰਪਾਲ, ਉਹਦੇ 'ਤੇ ਵੀ 1 ਪਰਚਾ ਦਰਜ ਹੈ। ਸੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਹੈਗਾ, ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ 'ਚ ਰੌਲਾ ਸੀਗਾ। ਅੰਸ਼ ਵਾਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ, ਅਤੇ ਬਾਕੀ ਉਹਦੇ ਯਾਰ ਦੋਸਤ ਸੀ ਜਿਹੜੇ ਉਹਦੇ ਨਾਲ ਆਏ ਸੀਗੇ। ਸੋ ਇਹਦੇ 'ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ। 2 ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ, ਉੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ 'ਚ ਕਾਫੀ ਮੇਜਰ ਇਹਨਾਂ ਦੇ ਸੱਟਾਂ ਲੱਗੀਆਂ। ਸੋ ਹੋਸਪਿਟਲ 'ਚ ਐਡਮਿਟ ਕੀਤਾ ਗਿਆ ਇਹਨਾਂ ਨੂੰ, ਹੋਸਪਿਟਲ 'ਚ ਜੇਰੇ ਇਲਾਜ ਨੇ। ਸੋ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਅਗਲੀ। ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਕੋਰਟ 'ਚ, ਅਤੇ ਰਿਮਾਂਡ ਲੈ ਕੇ ਹੋਰ ਵੀ ਇਹਦੇ 'ਚ ਜਿਹੜੇ ਤਫਤੀਸ਼ 'ਚ ਫਾਈਨਰ ਪੁਆਇੰਟਸ ਕੱਢਣ ਵਾਲੇ ਨੇ ਉਹ ਕੀਤੇ ਜਾਣਗੇ ਅੱਗੇ। ਨਹੀਂ, ਇਹਦਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈ, ਕਲੀਨ ਹੈ ਇਹਦਾ ਕ੍ਰਿਮੀਨਲ ਰਿਕਾਰਡ। ਉਹ ਮਾਮਲਾ ਇਹ ਸੀਗਾ, ਜਿਹੜੀ ਅੰਸ਼ ਦੀ ਉਹ ਨੋਨ ਸੀਗੀ ਕੁੜੀ, ਅਤੇ ਜਿਹੜਾ ਮਰਨ ਵਾਲਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ, ਜਿਹਦੇ ਕਰਕੇ ਇਹ ਗੁੱਸੇ ਸੀ ਉਹਦੇ ਨਾਲ, ਅਤੇ ਇਹਨਾਂ ਨੇ ਆ ਕੇ ਉਹਨੂੰ ਕੁੱਟ ਕੇ ਅਤੇ ਬਾਅਦ 'ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸੋਸ਼ਲ ਮੀਡੀਆ ਦੇ ਉੱਤੇ ਵੀ ਧਮਕੀਆਂ ਦਿੱਤੀਆਂ ਸੀਗੀਆਂ ਜੀ ਕੁਝ? ਨਹੀਂ, ਹਜੇ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ 'ਤੇ ਕੋਈ ਇਹਨਾਂ ਦੀ ਗੱਲਬਾਤ ਹੋਈ ਹੋਵੇ। ਨਾ ਹੀ ਸਾਡੇ ਕੋਲ ਇਹਦੇ ਬਾਰੇ ਹਜੇ ਤੱਕ ਕੋਈ ਕੰਪਲੇਂਟ ਹੈਗੀ ਸੀ। 307 ਦੇ ਪਰਚੇ ਹੈਗੇ ਨੇ। ਨਹੀਂ, ਹਜੇ ਤੱਕ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀਗੇ, ਬਟ ਜਿਹੜਾ ਹਜੇ ਤੱਕ ਪ੍ਰੀਲਿਮਨਰੀ ਸਾਡੇ ਕੋਲ ਕਾਰਨ ਆਇਆ ਉਹ ਮੈਂ ਤੁਹਾਨੂੰ ਦੱਸਦਾ। ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ 'ਚ ਸਾਹਮਣੇ ਆ ਜੂਗਾ ਕਿ ਜੇ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਇਹਨਾਂ ਦੀ ਆਪਸ 'ਚ ਦੁਸ਼ਮਣੀ ਹੋਈ।
ਨਹੀਂ, ਵਿਸ਼ਾਲ ਦੀ ਇਹਦੇ 'ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਆਈ। ਵਿਸ਼ਾਲ ਬਾਈਕ ਚਲਾ ਰਿਹਾ ਸੀਗਾ, ਸੋ ਉਸ ਵੇਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ, ਬਟ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ, ਬਟ ਉਹਦਾ ਰੋਲ ਐਗਜ਼ਾਮਿਨ ਕੀਤਾ ਜਾ ਰਿਹਾ। ਜੇ ਉਹਦੀ ਵੀ ਕੋਈ ਸ਼ਮੂਲੀਅਤ ਆਊਗੀ ਤਾਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊ। ਲੜਕੀ ਦੇ ਇਲਾਵਾ ਇਹ ਆਪਸ 'ਚ ਵੈਸੇ ਨੌਨ ਸੀਗੇ ਇੱਕ ਦੂਜੇ ਦੇ? ਹਾਂ, ਨੌਨ ਸੀ, ਨੌਨ ਸੀ। ਪਰ ਉਹਦੀ ਮਦਰ ਦਾ ਕਹਿਣਾ ਕਿ ਵਿਸ਼ਾਲ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਿਹਾ ਸੀ ਕਾਫੀ ਦੇਰ ਤੋਂ। ਨਹੀਂ, ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹੁੰਦੇ ਨੇ ਕਿ ਇਨਵੈਸਟੀਗੇਟ ਹੋਵੇ, ਤਫਤੀਸ਼ 'ਚ ਲਿਆਂਦੀ ਜਾਵੇ, ਉਹਨੂੰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਊਗੀ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫਿਸਰਸ ਦੀ ਇਹਦੇ 'ਚ ਟੀਮ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ, ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ, ਉਹਨਾਂ ਨੂੰ ਲੱਗਦਾ ਹੈ ਕਿ ਇਹਦੇ 'ਚ ਤਫਤੀਸ਼ 'ਚ ਲਿਆਉਣਾ ਬਣਦਾ, ਉਹਨੂੰ ਤਫਤੀਸ਼ ਗਹਿਰਾਈ ਨਾਲ ਕਰਕੇ ਵੀਲ ਇਨਸ਼ੋਰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊ। ਨਹੀਂ, ਹਜੇ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਆਈ, ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੂੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ, ਕੋਈ ਪੈਟੀ ਕ੍ਰਾਈਮ, ਕੋਈ ਸਨੈਚਿੰਗ, ਕੋਈ ਚੋਰੀ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਾਇਲੈਂਟ ਕ੍ਰਾਈਮ ਹੁੰਦਾ, ਤਾਂ ਉਹਨਾਂ ਦੇ ਖਿਲਾਫ਼ ਸਖਤੀ ਨਾਲ ਨਜਿੱਠਿਆ ਜਾਊਗਾ ਐਂਡ ਹਾਰਸ਼ ਤੋਂ ਹਾਰਸ਼ ਐਕਸ਼ਨ ਪੁਲਿਸ ਵੱਲੋਂ ਲਿਆ ਜਾਊਗਾ। ਪਲੈਂਡ ਮਰਡਰ ਸੀ, ਪਲੈਂਡ ਮਰਡਰ ਸੀ।